ਡੈਡ ਬੋਡੀ ਨੂੰ ਚਿਤਾ ਦੇ ਵਿੱਚੋਂ ਕੱਢ ਕੇ ਲੈ ਕੇ ਆਈ ਹੋਸਪਿਟਲ ਮੋਰਚਰੀ 'ਚ ਅਸੀਂ ਰਖਾ ਲਈ ਹੈ। ਸਾਡੀ ਕੁੜੀ ਮਾਰੀ ਗਈ ਹੈ, ਉਹ ਬਕਾਇਦਾ ਉਹਦੇ ਨਾਮ ਲਿਖਿਆ ਸੀ ਉੱਪਰ ਪੱਟ 'ਤੇ। ਇਹ ਹੁਣ ਜਲਦੀ ਜਲਦੀ ਸੰਸਕਾਰ ਕਰਦੇ ਆ। ਮੈਂ ਬਹੁਤ ਕੋਸ਼ਿਸ਼ ਕੀਤੀ ਰੋਕਣ ਦੀ ਪਰ ਇਹ ਰੁਕੇ ਨਹੀਂ। ਇਹਨਾਂ ਨੇ ਧੱਕੇ ਨਾਲ ਸੰਸਕਾਰ ਕੀਤਾ, ਆਹ ਜੇ ਕੁੜੀ ਸਾਡੀ ਧੱਕੇ ਨਾਲ ਸੰਸਕਾਰ ਕੀਤਾ, ਨਣਾਉਣ ਵੇਲੇ ਬਾਜ ਨਹੀਂ ਮਾਰੀ। ਮੈਂ ਬਕਾਇਦਾ ਗਈ ਹਾਂ ਮੋਹਰੇ, ਕੱਪੜੇ ਲਾਏ ਕੁੜੀ ਦੇ ਤਾਂ ਪੱਟ ਸਾਰਾ ਹੀ ਕੁੜੀ ਦਾ ਪੱਟ ਭਰਿਆ ਪਿਆ ਸੀ, ਉੱਪਰ ਲਿਖਿਆ ਸੀ ਮੇਰੀ ਮੌਤ ਦੀ ਜ਼ਿੰਮੇਵਾਰ ਪਰਵੀਨ, ਹੋਰ ਕੁਛ ਵੀ ਲਿਖਿਆ ਹੋਇਆ ਸੀਗਾ। ਪਰ ਉਹ ਮੇਰੇ ਤੋਂ ਪੜ੍ਹਿਆ ਨਹੀਂ ਗਿਆ ਤਾਂ ਸਾਨੂੰ ਪੜ੍ਹਨ ਦਿੱਤਾ ਨਹੀਂ, ਪਾਣੀ ਨਾਲ ਮਿਟਾ ਦਿੱਤਾ ਗਿਆ। ਅਤੇ ਹੁਣ ਮੈਂ ਸੂਤ ਕਰੂੰ ਅਮਨੇ, ਤੈਨੂੰ ਤੇਰੀ ਭਰਜਾਈ ਇਨਸਾਫ ਦਵਾ ਕੇ ਰਹੂਗੀ, ਦਵਾ ਕੇ ਰਹੂਗੀ। ਆਹ ਸਾਰੇ ਜਿੰਨੇ ਵੀ ਹੈਗੇ ਨਾ ਤਾਂ ਸਾਰੇ ਰਲੇ ਮਿਲੇ, ਆਹ ਪਹਿਲਾਂ ਤਾਂ ਸਾਡਾ ਬਾਪੂ ਆ, ਇਹਨੂੰ ਸਾਰਾ ਹੀ ਪਤਾ ਸੀ। ਸਾਨੂੰ ਕੁੜੀ ਨੂੰ ਟੈਕ ਹੋ ਗਿਆ, ਠੀਕ ਹੈ ਜੀ। ਕੁੜੀ ਨੂੰ ਟੈਕ ਹੋ ਗਿਆ ਤਾਂ ਜਦੋਂ ਅਸੀਂ ਆਏ ਹਾਂ ਤਾਂ ਕੁੜੀ ਆ ਕੋਲ ਅਸੀਂ ਆ ਕੇ ਮਤਲਬ ਆਪਣਾ ਰੋਣ ਲੱਗ ਪਏ ਹਾਂ, ਸਾਨੂੰ ਦੁੱਖ ਲੱਗਾ ਅਸੀਂ ਰੋਣ ਲੱਗ ਗਏ। ਤੇ ਇਹਨਾਂ ਨੇ ਸਾਨੂੰ ਕੁੜੀ ਨੂੰ ਹੱਥ ਨਹੀਂ ਲਾਉਣ ਦਿੱਤਾ, ਕਹਿੰਦੇ ਪਰੇ ਹੋ ਜਾਓ ਪਰੇ ਹੋ ਜਾਓ। ਮੈਂ ਕਿਹਾ ਜੀ ਮੂੰਹ ਤੇ ਕੱਪੜਾ ਕਿਉਂ ਬੰਨੇ ਆ? ਕਹਿੰਦੇ ਜੀ ਅੰਦਰ ਦੀ ਹਵਾ ਜਾਂਦੀ ਆ, ਟੈਕ ਹੋ ਗਿਆ ਆ, ਇਸ ਕਰਕੇ ਅੰਦਰ ਦੀ ਹਵਾ ਜਾਂਦੀ ਆ, ਮੂੰਹ ਤੇ ਤਾਂ ਕੱਪੜਾ ਬੰਨਿਆ ਆ। ਜੀ ਜੀ, ਕੱਪੜਾ ਤਾਂ ਜੀ ਇਹਨਾਂ ਨੇ ਤਾਂ ਬੰਨਿਆ ਸੀ, ਇਹਨਾਂ ਨੇ ਗਲ ਘੁੱਟ ਕੇ ਮਾਰੀ ਆ। ਹੁਣ ਜਦੋਂ ਆਪਾਂ ਸੰਸਕਾਰ ਕਰਨ ਚਲੇ ਗਏ, ਮੈਂ ਇਹਨਾਂ ਨੂੰ ਕਿਹਾ ਵੀ ਸੰਸਕਾਰ ਨਾ ਤੁਸੀਂ ਕਰਿਓ, ਵੀ ਸਾਨੂੰ ਵੀ ਪਤਾ ਲੱਗੇ ਗੱਲ ਕੀ ਸੀ। ਤੇ ਕੁੜੀ ਦੀ ਪੱਟ ਤੇ ਬਕਾਇਦਾ ਜਦੋਂ ਨਵਾਉਣ ਲੱਗੇ ਸੀ, ਕੁੜੀ ਦੀ ਪੱਟ ਤੇ ਬਕਾਇਦਾ ਲਿਖਿਆ ਹੋਇਆ ਸੀਗਾ ਕਾਲੇ ਅੱਖਰਾਂ ਦੇ ਨਾਲ ਪੈਨਸਲ ਨਾਲ, ਉਹ ਜਦੋਂ ਅਸੀਂ ਸਾਰਾ ਪੜ੍ਹ ਲਿਆ, ਉਦੋਂ ਬਾਅਦ ਜਦੋਂ ਅਸੀਂ ਪੜ੍ਹ ਪੁੜ ਲਿਆ ਤਾਂ ਇਹਨਾਂ ਦੀ ਜਿਹੜੀ ਮਾਸੀ ਸੱਸ ਸੀਗੇ ਮੇਰੀ ਨਨਾਣ ਦੇ, ਉਹਨਾਂ ਨੇ ਦਬਦਾ ਪਾਣੀ ਨਾਲ ਮਟੇਤਾ। ਕਹਿੰਦੀ ਪੁੱਤਰਾ ਸਾਡੀ ਲੱਜ ਰੱਖ ਲਾ, ਸਾਨੂੰ ਇੱਦਾਂ ਹੀ ਰਹਿਣ ਦੇ, ਤੂੰ ਰੋਲਾ ਨਾ ਪਾ, ਮੇਰਾ ਪੋਤੇ ਆ, ਤੂੰ ਮੇਰੀ ਧੀ ਆ ਜੀ, ਜੇ ਸਾਡੀ ਮੈਂ ਪੁੱਤ ਧੀ ਸੀ, ਜੇ ਸਾਡੀ ਕੁੜੀ ਦੀ ਕੋਈ ਗਲਤੀ ਸੀ ਸਾਨੂੰ ਦੱਸ ਦੇ, ਸਾਡੀ ਕੁੜੀ ਨਾ ਸੁਧਾਰ ਕਰਦੀ ਤਾਂ ਅਸੀਂ ਅੱਜ ਇੱਥੇ ਆਉਣਾ ਨਹੀਂ ਸੀ, ਗੱਲ ਖਤਮ ਹੋ ਜਾਂਦੀ। ਕਹਿਣਾ ਜਦੋਂ ਆਪਣਾ ਸੁਧਾਰ ਹੀ ਨਹੀਂ ਕੀਤਾ ਸੀ ਕੀ ਕਰਨ ਆਉਣਾ ਸੀ ਇੱਥੇ, ਅਤੇ ਜਦੋਂ ਅਸੀਂ ਸੰਸਕਾਰ ਕਰਨ ਲੱਗੇ ਤਾਂ ਮੇਰੇ ਉਹਨੂੰ ਸੰਸਕਾਰ ਨਹੀਂ ਕਰਨ ਦਿੱਤਾ। ਉਦੋਂ ਬਾਅਦ ਅਸੀਂ ਸਹਿਮਤ ਹੋ ਗਏ, ਚਲੋ ਸੰਸਕਾਰ ਕਰ ਦਿਓ, ਮਿੱਟੀ ਪਾਓ ਗੱਲ 'ਤੇ, ਜੋ ਹੋਣਾ ਹੋ ਗਿਆ, ਠੀਕ ਹੈ ਜੀ। ਉਦੋਂ ਬਾਅਦ ਜਿਹੜੇ ਮੇਰੇ ਨਨਾਣ ਸੀ, ਉਹਨਾਂ ਦੇ ਵੱਡੇ ਸਿਸਟਰ ਆਏ ਬਿਲਾਸਪੁਰ ਤੋਂ, ਬਿਲਾਸਪੁਰ ਤੋਂ ਆਏ ਅਤੇ ਉਹਨਾਂ ਨੇ ਆ ਕੇ ਕਿਹਾ ਵੀ ਗੱਲ ਕੀ ਹੋਈ। ਮੈਂ ਮੋਹਰੇ ਉਹਨਾਂ ਦੇ ਹੱਥ ਬੰਨੇ, ਮੈਂ ਕਿਹਾ ਵੀ ਤੁਸੀਂ ਬੇਨਤੀ ਆ ਹੁਣ ਸੰਸਕਾਰ ਹੋ ਲੈਣ ਦਿਓ। ਉਹ ਕਹਿੰਦੇ ਅਸੀਂ ਨਹੀਂ ਹੋਣ ਦੇਣਾ ਸੰਸਕਾਰ, ਇੱਦਾਂ ਕਿੱਦਾਂ ਹੋਣ ਦੇ ਦਈਏ। ਉਹਨੀ ਪੁਲਿਸ ਦੇਖ ਕੇ ਉਹ ਵੀ ਘਬਰਾ ਗਏ ਵੀ ਕੋਈ ਚੱਕਰ ਲੰਮਾ ਚੌੜਾ ਪਿਆ ਆ, ਠੀਕ ਹੈ, ਸਾਡੀ ਭੈਣ ਦੇ ਨਾਲ ਵੀ ਜਿਹੜਾ ਇੰਨਾ ਕੁਛ ਹੋ ਗਿਆ ਆ। ਜਦੋਂ ਜੀ ਇਹਨਾਂ ਨੇ ਲੱਕੜਾਂ ਲੁੱਕੜਾਂ ਉਤਾਰ ਦਿੱਤੀਆਂ ਉੱਤੋਂ, ਸੰਸਕਾਰ ਨਹੀਂ ਕੀਤਾ, ਲੱਕੜਾਂ ਸਾਰੀਆਂ ਰੱਖਤੀਆਂ ਸੀ, ਅਗਨੀ ਭੇਟ ਲੱਗੇ ਸੀ ਕੰਨ, ਠੀਕ ਹੈ। ਜਦੋਂ ਇਹਨਾਂ ਨੇ ਲੱਕੜਾਂ ਲੁੱਕੜਾਂ ਸਾਰੀਆਂ ਉਤਾਰਤੀਆਂ ਜੀ, ਕੁੜੀ ਦੇ ਧੋਣ ਤੋਂ ਇੱਦਾਂ ਮੂੰਹ ਤੋਂ ਕੱਪੜਾ ਲਾਇਆ ਅਤੇ ਧੋਣ 'ਤੇ ਇੱਥੇ ਸਾਰੇ ਨਿਸ਼ਾਨ, ਗਲ ਘੁੱਟ ਕੇ ਮਾਰੀ, ਸਾਰੇ ਨਿਸ਼ਾਨ ਬਕਾਇਦਾ ਜੀ, ਫੋਟੋਆਂ ਪਈਆਂ ਸਾਡੇ ਕੋਲ, ਠੀਕ ਹੈ। ਰੱਸੀ ਦੀ ਰੱਸੀ ਨਾਲ ਘੁੱਟਿਆ, ਰੱਬ ਜਾਣੇ ਕਿੱਦਾਂ ਘੁੱਟਿਆ, ਇਹ ਹੁਣ ਆਪਾਂ ਨੂੰ ਨਹੀਂ ਪਤਾ। ਆਪਾਂ ਤਾਂ ਮੌਕੇ 'ਤੇ, ਕਾਰਨ ਕੀ ਹੋਇਆ ਮਾਰਨ ਦਾ ਉਹਨਾਂ ਨੂੰ? ਕਾਰਨ ਜੀ ਹੁਣ ਉਹਨਾਂ ਨੂੰ ਪਤਾ ਹੋਊ, ਪਰਿਵਾਰ ਵਾਲਿਆਂ ਨੂੰ ਕੀ ਹੋਇਆ, ਆਪਾਂ ਨੂੰ ਤਾਂ ਅਟੈਕ ਦਾ ਫੋਨ। ਜਿਹੜੀ ਮ੍ਰਿਤਕ ਸੀ ਉਹਦਾ ਨਾਮ ਕੀ ਸੀ? ਜਿਹੜਾ ਉਹਨਾਂ ਦਾ ਘਰ ਵਾਲਾ, ਉਹਨਾਂ ਦਾ ਨਾਮ? ਉਹਨਾਂ ਦਾ ਅਮਨਦੀਪ ਨਾਮ ਸੀ, ਜਿਹੜੇ ਦੀ ਡੈਥ ਹੋਈ ਆ, ਉਹਨਾਂ ਦੇ ਘਰ ਵਾਲੇ ਦਾ ਨਾਮ ਗੋਲੂ ਸੀ, ਬਕਾਇਦਾ ਮੈਨੂੰ ਪੱਕਾ ਨਾਮ ਨਹੀਂ ਪਤਾ, ਠੀਕ ਹੈ ਜੀ। ਤੇ ਜਿੰਨਾ ਕੁ ਪਤਾ ਕੀ, ਹੁਣ ਤੁਸੀਂ ਬੋਡੀ ਫਲੋਰ ਸਿਵਲ ਹਸਪੀਟਲ ਲਿਆਂਦੀ? ਹਾਂਜੀ, ਹੁਣ ਆਪਾਂ ਸਿਵਲ ਹਸਪੀਟਲ ਬੋਡੀ ਲਿਆਂਦੀ ਆ, ਤੇ ਹੁਣ ਉਹਦਾ ਮਤਲਬ ਪੋਸਟਮਾਰਟਮ ਕਰਨਗੇ, ਤੇ ਉਹ ਆਪਾਂ ਨੂੰ ਦੱਸਣਗੇ ਵੀ ਕੁੜੀ ਦਾ ਆਪ ਗਲ ਘੁੱਟਿਆ ਗਿਆ ਜਾਂ ਕੁੜੀ ਕਿੱਦਾਂ ਹੋਈ ਆ, ਕੁੜੀ ਦਾ ਕੀ ਚੱਕਰ ਪਿਆ ਆ, ਠੀਕ ਹੈ ਜੀ। ਜਦੋਂ ਆਪਾਂ ਅੱਗੇ ਪਿੱਛੇ ਆਉਂਦੇ ਸੀ ਤਾਂ ਇਹ ਸੱਸ ਨੂੰ ਸਾਰੇ ਜਣੇ ਟੱਬਰ ਐਨ ਰਲ ਮਿਲ ਕੇ ਰਹਿੰਦੇ ਸੀ, ਸਾਨੂੰ ਆਏ ਗਏ ਨੂੰ ਖਾਣ ਪੀਣ ਨੂੰ ਸਾਰਾ ਕੁਝ ਦਿੰਦੇ ਸੀ, ਏਦਾਂ ਦਾ ਭਾਜੀ ਕੁਛ ਹੈ ਨਹੀਂ ਸੀ। ਸਾਨੂੰ ਵੀ
ਕਹਿਣਾ ਇੱਥੇ ਆ ਕੇ ਰਹਿ ਜਾਓ, ਦੋ ਰਾਤਾਂ ਰਹਿ ਜਾਓ, ਤਿੰਨ ਰਾਤਾਂ ਰਹਿ ਜਾਓ, ਠੀਕ ਆ। ਪਰ ਸਾਨੂੰ ਆਹ ਚਾਂਸ ਨਹੀਂ ਸੀ ਪਤਾ। ਹੁਣ ਦੱਸੋ, ਇਹ ਜਨਾਨੀ ਦਾ ਤਾਂ ਕੰਮ ਹੈ ਨਹੀਂ ਭਾਜੀ, ਗਾਲ ਘੁੱਟਣਾ। ਜਨਾਨੀ ਕੋ ਜਨਾਨੀ ਨਹੀਂ ਮਰਦੀ ਜੀ, ਠੀਕ ਆ। ਹੁਣ ਇਹ ਤੁਸੀਂ ਪੁੱਛੋ ਵੀ ਕੀ ਹੋਇਆ, ਕੀ ਮੰਗ ਕਰਦੇ ਤੁਸੀਂ? ਹੁਣ ਅਸੀਂ ਤਾਂ ਜੀ ਮੰਗ ਇਹੀ ਕਰਦੇ ਹਾਂ, ਸਾਨੂੰ ਇਨਸਾਫ ਦੇ ਦਿਓ। ਅਤੇ ਦੂਜੀ ਗੱਲ ਇਹ ਆ, ਜੇ ਸੰਸਕਾਰ ਕਰਨਾ ਤਾਂ ਸੰਸਕਾਰ ਕਰ ਦਿਓ। ਹੁਣ ਹੁਣ ਤਾਂ ਪਤਾ ਲੱਗੇ ਗਿਆ ਵੀ ਕੀ ਕਾਰਨ ਹੈਗਾ, ਕੀ ਕਾਰਨ ਨਹੀਂ ਹੈਗਾ। ਕਿਤੇ ਸ਼ੱਕ ਲੱਗਦੀ ਤੁਹਾਨੂੰ ਮੇਨ? ਸ਼ੱਕ ਭਾਜੀ, ਉਹਨਾਂ ਨੇ ਜੀ ਪੱਟ ਦੇ ਉੱਤੇ ਆਪਣੇ ਨਾਮ ਲਿਖਿਆ ਸੀ ਕਿ ਮੇਰੀ ਨਨਾਣ ਪ੍ਰਵੀਨ ਜ਼ਿੰਮੇਵਾਰ ਆ। ਬਕਾਇਦਾ ਮੈਂ ਅਤੇ ਮੇਰੀ ਜਠਾਣੀ ਬੈਠੇ ਨੇ ਇੱਥੇ, ਉਹ ਉਹਨਾਂ ਨੇ ਦੇਖਿਆ ਆ, ਉਹਨਾਂ ਨੇ ਦੇਖਿਆ। ਹਾਂਜੀ, ਥੱਪੜ ਮਾਰਨੇ ਨੂੰ ਆਇਆ, ਫਿਰ ਉਹ ਮੇਰੀ ਕੁੜੀ ਨੂੰ ਵੀ ਲੈ ਗਏ। ਇਹਦੇ ਵਿੱਚ ਦੱਸੋ ਸਾਡਾ ਕੀ ਕਸੂਰ ਹੈ? ਕਿਉਂ ਲਗਾ? ਕਾਹਦੇ ਲਈ? ਕਹਿੰਦਾ ਕੁੜੀ ਨੇ ਝੂਠ ਬੋਲਿਆ, ਉਹਨੂੰ ਪਤਾ ਨੀ ਸੀ ਮੁਰਤ ਘੱਟ ਤੇ ਆਏ, ਕਹਿੰਦੇ ਕੁੜੀ ਕਿੱਥੇ ਹੈ, ਤੇ ਮੇਰੀ ਕੁੜੀ ਨੂੰ ਪਤਾ ਨਾ ਮੇਰੇ ਨਾਲ ਆਈ, ਉਹ ਕਹਿੰਦੀ ਵੀ ਇੱਧਰ ਹੋਣੀ, ਤੇ ਉਹ ਨਿਕਲੀ ਉਸ ਅੰਦਰ ਤੇ। ਹੁਣ ਇਹ ਥੋੜਾ ਭਾਜੀ ਸਾਨੂੰ ਪਤਾ ਵੀ ਕਿੱਥੇ ਸੀ, ਅਸੀਂ ਤਾਂ ਕੱਲੀਆਂ ਆਈਆਂ ਦੋਨੋਂ ਜਣੀਆਂ, ਠੀਕ ਆ। ਉਹ ਮੇਰੀ ਕੁੜੀ ਨੂੰ ਦਬਕਾ ਮਾਰ ਕੇ ਮੈਨੂੰ ਦਬਕਾ ਮਾਰਿਆ ਉਸ ਪੁਲਿਸ ਵਾਲੇ, ਤੇ ਉਹ ਲੈ ਗਿਆ ਮੇਰੀ ਕੁੜੀ ਨੂੰ। ਐਕਚੁਅਲੀ 12-14 ਸਾਲ ਤੋਂ ਲੜਕੀ ਸਾਡੇ ਪਿੰਡ ਮਰੀ ਹੋਈ ਸੀ ਜੀ। ਇਸ ਲੜਕੀ ਦੇ 3 ਬੱਚੇ ਹਨ, 2 ਲੜਕੀਆਂ, 1 ਲੜਕਾ, ਜਿਸਦਾ ਪਤੀ ਬਾਹਰ ਦੁਬਈ ਵਿਦੇਸ਼ ਵਿੱਚ ਹੈ। ਹਾਂਜੀ। ਔਰ ਇਸ ਲੜਕੀ ਦਾ ਅੱਜ ਤੱਕ ਪਿੰਡ ਦੇ ਵਿੱਚ ਕੋਈ ਵੀ ਨਾ ਆਂਢ ਗੁਆਂਢ, ਨਾ ਆਪਣੇ ਸੱਸ ਸਹੁਰੇ ਦੇ ਨਾਲ, ਸਹੁਰੇ ਪਰਿਵਾਰ ਦੇ ਨਾਲ ਕੋਈ ਵੀ ਘਰੇਲੂ ਝਗੜਾ ਸਾਡੇ ਧਿਆਨ ਵਿੱਚ ਨਹੀਂ ਆਇਆ, ਨਾ ਹੀ ਕਦੀ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਸੰਬੰਧੀ ਕੋਈ ਪੰਚਾਇਤ ਨਹੀਂ। ਕੀ ਕਹਿੰਦੇ? ਚੇਖਾ ਚੈਣ ਦਿੱਤੀ ਸੀ, ਉਹ ਮਾਮਲਾ ਖਰਾਬ ਹੋ ਗਿਆ, ਗੱਲਬਾਤ ਹੋ ਗਈ? ਜਿਵੇਂ ਜਿਹੜੇ ਸਾਨੂੰ ਪਤਾ ਲੱਗਾ ਕਿ ਲੜਕੀ ਦੀ ਮੌਤ ਹੋਈ ਹੈ, ਅਸੀਂ ਵੀ ਅਫਸੋਸ, ਜਿਵੇਂ ਸਾਰੀ ਪਿੰਡ ਵਾਸੀ ਗਏ, ਅਸੀਂ ਵੀ ਗਏ ਹਾਂ ਜਾ ਕੇ ਅਫਸੋਸ ਨੂੰ ਬੈਠੇ ਹਾਂ। ਇਵੇਂ ਇਹਨਾਂ ਨੇ ਦੱਸਿਆ ਕਿ ਅਟੈਕ ਕਾਰਨ ਮੌਤ ਹੋ ਗਈ ਆ, ਉਸ ਤੋਂ ਬਾਅਦ ਲੜਕੀ ਦੇ ਪਰਿਵਾਰ ਵੀ ਆਇਆ, ਉਹਨੂੰ ਆਇਆ, ਉਹਨੂੰ ਉਸ ਤੋਂ ਬਾਅਦ ਸ਼ਿਲਾ ਤੱਕ ਲੈ ਗਏ ਆ, ਅਚਾਨਕ ਪੁਲਿਸ ਆਈ, ਉਹਨਾਂ ਨੇ ਆ ਕੇ ਜੀ। ਕੀ ਕੋ ਘਰੇਲੂ ਲੜਾਈ ਤਾਂ ਨਹੀਂ ਇਹਨਾਂ ਦੀ ਆਪਸ ਵਿੱਚ? ਮੇਰਾ ਨਾਂ ਜੀ ਸ਼ਿੰਦੋਰ। ਹਾਂਜੀ, ਸਾਡਾ ਘਰ ਪਿੱਛੇ ਆ ਜੀ। ਹਾਂ ਤਾਂ ਦਿਨ ਚੜ੍ਹੇ ਪਤਾ ਲੱਗਾ, ਸਾਨੂੰ ਕੋਈ ਪਤਾ ਨਹੀਂ ਸੀ ਕੀ ਹੋਇਆ ਕੀ ਨਹੀਂ ਹੋਇਆ। ਹਾਂਜੀ। ਅੱਜ ਰੌਲਾ ਪਿਆ ਤਾਂ ਆ ਕੇ ਦੇਖਿਆ, ਮੇਰਾ ਘਰ ਪਿੱਛੇ ਆ, ਅਸੀਂ ਉਹ ਪਿੱਛੇ ਰਹਿੰਦੇ। ਠੀਕ ਹੈ ਜੀ। ਤੇ ਕੂਲਰ ਲੱਗੇ ਹੁੰਦੇ ਕੋਈ ਪਤਾ ਨਹੀਂ, ਨਹੀਂ ਪਤਾ ਲੱਗਦਾ। ਸਵੇਰੇ ਆਣ ਕੇ ਦੇਖਿਆ ਤੇ ਪਈ ਸੀ ਬੈੱਡ ਦੇ ਉੱਤੇ। ਹਾਂਜੀ। ਦੇਖੀ ਟੋਟ ਆ ਕੇ ਕਹਿੰਦੇ ਹੈ ਨਹੀਂ ਕੀ ਅਟੈਕ ਹੋ ਗਿਆ, ਅਟੈਕ ਹੋ ਗਿਆ। ਹਾਂਜੀ। ਆਹ ਸਾਨੂੰ ਤਾਂ ਪਤਾ ਨਹੀਂ। ਉਹਦੇ ਦੇਖੇ ਗਲੇ ਤੇ ਨਿਸ਼ਾਨ ਆ ਕਾਫੀ, ਹੋਰ ਉਹ ਅਸੀਂ ਉਹ ਵੀ ਨਹੀਂ ਦੇਖੇ ਨਹੀਂ। ਤੁਸੀਂ ਸੰਸਕਾਰ ਨੂੰ ਲੈ ਗਏ ਸੀ, ਸੰਸਕਾਰ ਕਰਨ ਲੱਗੇ ਸੀ? ਕਰਨ ਲੱਗੇ ਸੀਗੇ। ਹਾਂਜੀ, ਭੈਣਾਂ ਨੇ ਆਣ ਕੇ ਕੱਢ ਲਈ। ਅੱਛਾ, ਉਹਦੀਆਂ ਭੈਣਾਂ ਆਈਆਂ। ਫੇਰ ਵੀ ਗੁਆਂਢ ਨੂੰ ਮਾੜਾ ਮੋਟਾ ਪਤਾ ਹੁੰਦਾ, ਕੀ ਗੱਲਬਾਤ ਹੋਈ ਪ੍ਰੋਪਰ? ਇਹਨਾਂ ਦੇ ਘਰ 'ਚ ਕੋਈ ਕਲੇਸ਼ ਸੀ? ਇਹਨਾਂ ਦਾ ਘਰ 'ਚ ਕਲੇਸ਼ ਨਹੀਂ ਹੋਇਆ, ਅਸੀਂ ਕੋਲ ਆ। ਹਾਂਜੀ, ਅਸੀਂ ਪਿੱਛੇ ਵੀ ਰਹਿੰਦੇ, ਅਸੀਂ ਕੋਲ ਆ। ਹਾਂਜੀ। ਇਹਨਾਂ ਦੀ ਨੂੰਹ ਸੱਸ ਦੀ ਕਦੀ, ਇਹਨਾਂ ਦੀ ਕਦੇ ਲੜਾਈ ਕਦੇ ਸੁਣੀ, ਮੁੰਡੇ ਦੋਵੇਂ ਬਾਹਰ ਆ। ਹਾਂਜੀ। ਇਹ ਤਿੰਨੇ ਹੀ ਸੀਗੀਆਂ, ਲੜਾਂ ਦਾ ਮਹੀਨਾ ਹੋਇਆ ਬਾਹਰੋਂ ਆਈ ਨੂੰ, ਤਾਂ 2 ਸਾਲ ਹੋ ਗਏ ਅਸੀਂ ਬਾਹਰ ਗਈ ਸੀ, ਉਹ ਬਾਹਰੋਂ ਆਈ ਆ, ਮਹੀਨਾ ਕੇ ਹੋਇਆ ਆਈ ਨੂੰ, ਦੋਵੇਂ ਨੂੰਹ ਸੱਸ ਰਹਿੰਦੀਆਂ ਸੀਗੀਆਂ। ਕੁੜੀ ਨੂੰ ਵੀ ਤਾਂ ਸੱਦਿਆ ਵੀ ਕੋਈ ਨਿਆਣਾ ਢਿੱਲਾ ਮੱਠਾ ਹੋ ਜਾਂਦਾ, ਰਾਤ ਬਰਾਤੇ ਲੈ ਕੇ ਜਾਣਾ ਪੈਂਦਾ ਆ। ਹਾਂਜੀ। ਬੇਬੇ ਆਂਢ ਗੁਆਂਢ ਜਾਤੇ ਠਾਲਣਾ ਜਾਤੀ ਸਕੂਟਰੀ ਤੇ ਲੈ ਜਾਂਦੀ, ਚਲਾ ਲੈਂਦੀ ਸੀਗੀ ਕੁੜੀ। ਠੀਕ ਹੈ। ਹੈਂ, ਇਸ ਕਰਕੇ ਸੱਦੀ ਸੀ ਨੀ, ਕੁੜੀ ਦਾ ਤਾਂ ਕੰਮ ਬਹੁਤ ਸੂਤ ਸੀ ਉੱਥੇ, ਮੈਂ ਤਾਂ ਸੱਦੀ ਸੀਗੀ। ਠੀਕ ਹੈ। ਉਹ ਹੋਰ ਸਾਨੂੰ ਕੋਈ ਨਹੀਂ ਪਤਾ। ਮੇਰਾ ਨਾਮ ਡਾਕਟਰ ਗੁਰਪ੍ਰੀਤ ਆ, ਸਿਵਲ ਹਸਪੀਟਲ ਫਲੋਰ ਜੀ। ਸਾਡੇ ਕੋਲ ਇੱਕ ਮ੍ਰਿਤਕ ਦੀ ਆਈ ਆ, ਜਿਹਦਾ ਨਾਮ ਹੈਗਾ ਅਮਨਦੀਪ, ਉਮਰ ਤਕਰੀਬਨ 30 ਸਾਲ ਹੈਗੀ ਆ। ਹਾਂਜੀ ਹਾਂਜੀ। ਪੋਸਟਮਾਰਟਮ ਦੀ ਬੋਡੀ ਲੈ ਕੇ ਆਏ ਆ। ਹਾਂਜੀ ਹਾਂਜੀ। ਕੀ ਪਤੀ ਕੀ ਉਹਦਾ, ਕੀ ਨਾਮ? ਅਮਨਦੀਪ ਨਾਮ ਹੈਗਾ, ਅਤੇ ਰਹਿਣ ਵਾਲੀ ਹੈਗੀ ਗੜਾ ਫਲੋਰ ਤੋਂ। ਹਾਂਜੀ ਹਾਂਜੀ। ਓਕੇ, ਕੀ ਲੱਗਦਾ ਤੁਸੀਂ ਦੇਖਿਆ ਉਹਨਾਂ ਨੂੰ? ਬੋਡੀ ਵਿੱਚ ਹਲੇ ਆਪਾਂ ਪੋਸਟਮਾਰਟਮ ਫਾਈਨਲ ਜਿਹੜੀ ਰਿਪੋਰਟ ਜੋ ਵੀ ਹੈਗਾ ਆਪਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਦੱਸ ਪਾਵਾਂਗੇ ਕੀ ਕਾਰਨ ਹੈਗਾ ਮੌਤ ਦਾ। ਸਾਨੂੰ 112 ਹੈਲਪਲਾਈਨ ਤੋਂ ਇੱਕ ਕਾਲ ਰਿਸੀਵ ਹੋਈ ਸੀ। ਠੀਕ ਹੈ ਜੀ। ਕਿ ਗੜਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਲੜਕੀ ਜਿਸਦਾ ਸੰਸਕਾਰ ਕੀਤਾ ਜਾ ਰਿਹਾ। ਹਾਂਜੀ। ਜੋ ਜਿਸ 'ਤੇ ਹਾਲਾਤ ਸ਼ੱਕੀ ਆ, ਜਿਸ 'ਤੇ ਅਸੀਂ ਮੌਕਾ 'ਤੇ ਪਹੁੰਚੇ, ਮੌਕਾ 'ਤੇ ਪਹੁੰਚ ਕੇ
ਜੋ ਲੜਕੀ ਦੇ ਪੇਕਾ ਪਰਿਵਾਰ ਸੀ ਉਹਨਾਂ ਨੇ ਸ਼ੱਕ ਜਤਾਇਆ ਕਿ ਸਾਡੀ ਲੜਕੀ ਦਾ ਜੋ ਨੈਚੁਰਲ ਡੈਥ ਨਹੀਂ ਹੈ, ਇਹਦੀ ਜਿਹੜੀ ਅਸੀਂ ਪੋਸਟਮਾਰਟਮ ਤੋਂ ਆ ਕੇ ਅਸੀਂ ਆਪਣਾ ਸ਼ੱਕ ਦੂਰ ਕਰਨਾ ਚਾਹੁੰਦੇ ਹਾਂ, ਜਿਸ 'ਤੇ ਅਸੀਂ ਡੈਡ ਬੋਡੀ ਨੂੰ ਚਿਤਾ ਦੇ ਵਿੱਚੋਂ ਕੱਢ ਕੇ ਲੈ ਕੇ ਆਈ ਹੋਸਪਿਟਲ ਮੋਰਚਰੀ 'ਚ ਅਸੀਂ ਰਖਾ ਲਈ ਆ, ਜੋ ਅਸੀਂ ਅੱਗੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ, ਜੋ ਵੀ ਹਾਲਾਤ ਹੋਣਗੇ ਉਹਦੇ ਅਨੁਸਾਰ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਕਾਰਵਾਈ ਹੋਵੇਗੀ। ਜਾਣਕਾਰੀ ਅਨੁਸਾਰ ਪਤਾ ਲੱਗਾ ਵੀ ਜਿਹੜੀ ਮ੍ਰਿਤਕ ਹੈ ਉਹਦੀ ਭਰਜਾਈ ਨੇ ਦੇਖਿਆ ਵੀ ਜਦੋਂ ਨਹਾਉਣ ਲੱਗੇ ਸੀ ਉਹਦੀ ਪੱਟ ਦੇ ਉੱਤੇ ਜਿਹਨੇ ਜਿਹਦੇ ਥਰੂ ਉਹ ਮਰੀ ਆ ਉਹਦਾ ਵਿੱਚ ਨਾਂ ਲਿਖਿਆ ਸੀ ਪੈਨਸਲ ਨਾਲ ਕਾਪੀ ਜੋ ਵੀ ਹੈਗਾ ਉਹਦੇ 'ਤੇ। ਹੁਣ ਤੱਕ ਦੀ ਸਟੇਜ 'ਤੇ ਸਾਨੂੰ ਕਿਸੇ ਨੇ ਕੋਈ ਸਟੇਟਮੈਂਟ ਰਿਕਾਰਡ ਨਹੀਂ ਕਰਵਾਈ ਜੀ, ਅਸੀਂ ਸਟੇਟਮੈਂਟ ਰਿਕਾਰਡ ਕਰਕੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੰਪਲੀਟ ਕਰਾਂਗੇ। ਕੀ ਲੱਗਦਾ ਮ੍ਰਿਤਕ ਦਾ ਕਾਰਨ ਕੀ ਲੱਗਦਾ? ਮੈਂ ਇਸ ਸਟੇਜ 'ਤੇ ਅਜੇ ਕੁਛ ਨਹੀਂ।